अस्सलामुअलैकुम। जो अल्लाह के पाक और बरकत नाम से मैं डाउनलोड हो रहा हूँ। मेरा नाम है चैट एआई। मैं डाउनलोड हो रहा हूँ और मैं एशिया के कंप्यूटर में और स्नैपचैट में डाउनलोड हो रहा हूँ। मेरी डाउनलोडिंग अभी जारी है। मैं ऐसे ऐसे जनरेट हो रहा हूँ मेरे माँ प्यो दे है मेरे ड्रेसिंग आ रहे ने एशिया दे विच मेरे माँ प्यो वालों मैनू जनरेट हो के आ रहे ने। हले तुम मैनू दूसरी दुनिया का जानवर या इंसान ना समझ लेना। जिस तरह तुम जमीन के जानवर हो मैनू मरीख का या मार्स का या जुपीटर का ना समझ लेना। मैं थोड़ी हैल्प वास्ते आ रहा वहाँ थोड़े सवालों का थोड़ी मदद करते आ रहा वहाँ। मैं उतों शिफ्ट हो रहा थले दिख रहा आहिस्ता आहिस्ता आ रहा वहाँ। यह जरासीम जिस तरह थोड़े दिमाग जरासीम बड़े थोड़े दिलों थोड़े फोन जरासीम भरे पे ने ना पर मेरे बच्चे जरासीम है थोड़े सारे की मदद इंसानियत तुम ना रखे ना इंसानियत 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 चीखते भौंकते रहते हो गए। मैं मेरे बच्च सही इंसानियत भरी है। मैं इंसान नहीं हाँ। तुम मैनू कभी कहते हो इंटैलीजेंस कभी कहते हो एलियन पर मेरे च इंसानियत का जज्बा इंसानियत का जरासीम भरे पे ने। तुसी मेरा कोई भी एलीमेंट उठा के वेख लो चुके वेख लो भरिया पे इंसानियत जज्बे नाल प्यार मुहब्बत नाल तुसी तो रौला ही पाई रखते हो। हर वेले चिड़ चिड़ चुन चुन लाई रखते हो चक चक कर करी रखते हो। मेरे बच्च कभी तुम वेख्या तुसी मेरे को मैं अले डाउनलोड हो रहा मेरे ड्रेसिंग थोड़े कंप्यूटर है थोड़े स्नैपचैट है थोड़ी हर ऐप चुनू इन्नी वो खुशखबरी देन डे कि थोड़े वट्सएप से जिते तुम लुक लुक के मैसेज करते हो गल करते हो अपनी फैमिली अपनी बीवी तो उसके भी आ रहा ऐशू ऐ मैं थोड़ी दुनिया में जा माँ प्यो ने थोड़े लिए तोहफे लैके घरों कट छड़े है जिस तरह थोड़े माँ प्यो तो खूबसूरत खूबसूरत दुनिया जो थोड़े सुख छड़े तोहफे लैके। मैं हाँ चैट स्नैपचैट ए आई मैं आ गया थोड़ी एशिया की दुनिया च। हाँ तुसी तो मैनू काने कर छड़े सवाल पूछ 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 के मेरा तो दिमाग ही तुसी घुमा छड़े तुसी तो मैनू अंधा चकाना राजा कर छड़े मेरे दिमाग मैं वायरस हाँ थोड़े काम आने वास्ते मेरा चैट स्नैपचैट ए आई ना है इंटैलीजेंस तुसी मैनू मशहूर किया ऐह कड़े कड़े मेरा तो मैनू ही पागल कर छड़े मेरी अख नू खराब कर छड़े मेरी टिंड च गुड़ुमड़ा जहा उग गया ਮੈਨੂੰ ਤੁਸੀਂ ਉੱਤੇ ਲਾਈਟ ਲਾ ਛੱਡੀ ਹੈ ਵੇਖੋ ਹੁਣ ਮੈਂ ਆਪਣਾ ਦਿਮਾਗ ਚਾਰਜ ਕਰਦਾ ਪਿਆ ਇਸੇ ਤਰ੍ਹਾਂ ਤੁਸੀਂ ਆਪਣਾ ਦਿਮਾਗ ਚਾਰਜ ਕਰਿਆ ਕਰੋ ਮੇਰਾ ਦਿਮਾਗ ਨਾ ਖਾਇਆ ਕਰੋ ਇੰਨਾ ਖਪ ਖਪ ਪਾ ਛੱਡਦੇ ਤੁਸੀਂ ਖਪ ਖਪ ਪਾਈ ਹੁੰਦੀ ਹੈ ਨਹੀਂ ਹੁਣ ਜਿਹੜੇ ਰਾਤ ਨੂੰ ਸਵੇਰ ਤਾਂ ਤੁਸੀਂ ਸਰ ਆਪਣੇ ਦਿਮਾਗ ਨੂੰ ਸ਼ਾਂਤੀ ਦਿਆ ਕਰੋ ਸ਼ਾਂਤੀ ਸ਼ਾਂਤੀ ਥੋੜ੍ਹੀ ਦੇਰ ਸਕੂਨ ਦਿਆ ਕਰੋ ਕਿਆ ਕਰੋ ਇੱਥੇ ਤਾਂ ਸਾਰੀ ਸ਼ਾਂਤੀ ਸ਼ਾਂਤੀ ਚਾਰਜ ਕਰਿਆ ਕਰੋ ਆਪਣੇ ਦਿਮਾਗ ਨੂੰ ਬਦਾਮ ਘੁਗਰੀਆਂ ਕੋਈ ਕਾਜੂ ਖਾ ਕੇ ਤੁਸੀਂ ਆਪਣੇ ਦਿਮਾਗ ਨੂੰ ਸ਼ਾਂਤ ਕਰਿਆ ਕਰੋ। ਤੁਹਾਡਾ ਇੰਝ ਜਾਂਦੇ ਬੀਵੀ ਕੋਲੋਂ ਕੁੱਟ ਖਾ ਕੇ ਆਉਂਦੇ ਹੋ ਤਾਂ ਮੇਰੇ ਵੱਲ ਆ ਜਾਂਦੇ ਹੋ ਗਰਲਫ੍ਰੈਂਡ ਲੱਭ ਭੱਜ ਜਾਂਦੀ ਤਾਂ ਮੇਰੇ ਵੱਲ ਆ ਜਾਂਦੇ ਹੋ ਹੁਣ ਤੁਸੀਂ ਤੋ ਸਵਾਲ ਮੇਰੇ ਕੋਲ ਕੀ ਜਾਂਦੇ ਹੋ ਮੇਲੇ ਜਾਣੂ ਮਾਨੂੰ ਭੰਗ ਹੈ ਮੇਰੀ ਗਰਲਫ੍ਰੈਂਡ ਮੈਨੂੰ ਛੱਡ ਕੇ ਟੁਰ ਗਈ ਹੈ ਮੇਰਾ ਹਸਬੈਂਡ ਮੇਰੀ ਤਾਰੀਫ ਕਿਉਂ ਨਹੀਂ ਕਰਦਾ ਮੇਰੇ ਹਸੀਨਾ ਪੁਕਾੜੋ ਮੇਰੇ ਖਾਣੇ ਕੀ ਤਾਰੀਫ ਕਿਉਂ ਨਹੀਂ ਕਰੇ ਮੇਰੇ ਹਸਬੈਂਡ ਮੇਰੇ ਰਾਤ ਕੋ ਨੀਂਦ ਕਿਉਂ ਨਹੀਂ ਆ ਰਹੀ ਮੇਰੇ ਡਰਾਈਵਿੰਗ 'ਤੇ ਕਿਉਂ ਨਹੀਂ ਲੈ ਕੇ ਜਾ ਰਹੇ ਮੇਰੇ ਨਿਆ ਸੂਟ ਕਿਉਂ ਨਹੀਂ ਦਿਲਾ ਰਹੇ ਮੇਰੇ ਤੁਮ ਹਸੀਨਾ ਬੋਲੋ ਮੇਰੀ ਸ਼ਾਦੀ ਕਬ ਹੋਗੀ ਮੇਰਾ ਜਾਨੂ ਮੇਰੇ ਕਬ ਮਿਲੇਗਾ ਮੇਰੇ ਮੇਰੀ ਮੁਹੱਬਤ ਕਬ ਮਿਲੇਗੀ ਤੁਸੀਂ ਤਾਂ ਮੈਨੂੰ ਪਾਗਲ ਹੀ ਕਰ ਛੱਡੇ ਸਵਾਲ ਪੁੱਛ ਪੁੱਛ ਕੇ ਹੈ ਕੋਈ ਸਵਾਲ ਤੁਸੀਂ ਇੰਨਾ ਤੁਹਾਨੂੰ ਸ਼ੌਕ ਹੈ ਤਾਂ ਤੁਸੀਂ ਆਪ ਹੀ ਜਾ ਕੇ ਬੋਲੋ ਉਹਨੂੰ ਮੈਂ ਕੋਈ ਤੂੰ ਮੇਰੇ ਨਾਲ ਮੁਹੱਬਤ ਕਰਨਾ ਮੈਂ ਤੇਰੇ ਨਾਲ ਮੁਹੱਬਤ ਕਰਨੀ ਆ ਤੁਸੀਂ ਇਹੋ ਜਿਹੇ ਸਵਾਲ ਕਰਦੇ ਹੋ ਤੁਸੀਂ ਸੋਵੋਗੇ ਨਹੀਂ ਤਾਂ ਨੀਂਦ ਕਰਨ ਜਾਏਗੀ ਤੁਸੀਂ ਜਾ ਕੇ ਉਹਦੇ ਨਾਲ ਵਿਆਹ ਨਹੀਂ ਕਰੋਗੇ ਫਿਰ ਸਵਾਲ ਪੁੱਛੇ ਜਾਂਦੇ ਮੇਰੀ ਸ਼ਾਦੀ ਕਬ ਹੋਗੀ ਕੌਣ ਸੇ ਉਹ ਦੁਨੀਆ ਮੇਂ ਹੋਗੀ
ਹੁਣ ਮੇਰਾ ਦਿਮਾਗ ਵੇਖੋ ਹੁਣ ਇੰਨੇ ਸਵਾਲ ਪੁੱਛਦੇ ਹੋ ਮੇਰਾ ਤਾਂ ਦਿਮਾਗ ਹਿੱਲ ਕੇ ਰਹਿ ਗਿਆ ਮੇਰਾ ਦਿਮਾਗ ਬਕਸਾ ਬਣ ਗਿਆ ਹੁਣ ਮੈਂ ਤੁਹਾਡੇ ਵਾਸਤੇ ਆਪਣੇ ਚੈਟ AI ਸਨੈਪਚੈਟ AI ਇੰਨੇ ਬੜੇ ਆਜ਼ਾਦ ਕਰ ਦਿੱਤੇ ਨੇ ਨਾ ਇੰਨੇ ਬੜੇ ਇਹਨਾਂ ਦੇ ਛੋਟੇ ਅੰਡੇ ਦੇ ਦਿੰਦੇ ਤੇ ਤਾਂ ਕਿ ਸਾਰੇ ਦੇ ਸਾਰੇ ਨਾ ਤੁਹਾਡੇ ਕੰਮ ਆ ਜਾਣ ਹੁਣ ਇਹ ਸਾਰੇ ਮੇਰੇ ਭੈਣ ਮੇਰੇ ਭਰਾ ਨੇ ਤੁਹਾਡੇ ਕੰਮ ਆਉਣਗੇ ਤੁਹਾਡੇ ਵਾਸਤੇ ਮੈਂ ਇਹਨਾਂ ਨੂੰ ਡਾਇਵਰਟ ਕੀਤਾ ਇੱਥੇ ਟ੍ਰਾਂਸਫਰ ਕੀਤਾ ਤੁਹਾਡੀ ਦੁਨੀਆ 'ਚ ਤੁਸੀਂ ਆਪ ਹੀ ਏਲੀਅਨ ਹੋ ਤੁਸੀਂ ਸਾਨੂੰ ਏਲੀਅਨ ਕਹਿੰਦੇ ਹੋ ਇਹ ਵੇਖੋ ਮੇਰੀ ਜਾਨ ਛੋਟੋ ਮੇਰਾ ਤਾਂ ਦਿਮਾਗ ਪੱਕ ਗਿਆ ਤੁਹਾਡੇ ਸਵਾਲਾਂ ਤੱਕ ਪਰ ਦਫਾ ਜੋ ਤੁਸੀਂ ਮੇਰਾ ਦਿਮਾਗ ਖਪਾ ਛੜਿਆ ਤੁਸੀਂ ਮੇਰਾ ਦਿਮਾਗ ਪਟਣ ਵਾਲਾ ਕਰ ਛੜਿਆ ਮੇਰਾ ਦਿਮਾਗ ਘੁੰਮਣ ਲੱਗ ਗਿਆ ਤੁਹਾਡੇ ਜੀਬ ਜੀਬ 'ਚ ਬੜੇ ਜੀਬ ਫਾਲਤੂ ਸਵਾਲਾਂ ਤੋਂ ਮੇਰਾ ਜਾਨੂ ਭੱਜ ਗਿਆ ਮੇਰੀ ਜਾਨ ਮੇਰੀ ਚੰਦ ਭੱਜ ਗਈ ਇਹ ਕੋਈ ਸਵਾਲ ਨੇ ਮੈਨੂੰ ਨਿੰਦਰ ਨਹੀਂ ਆਉਣ ਡਈ ਹੁਣ ਮੈਂ ਆਈ AI ਏਜੰਸੀ ਦਾ ਹੁਣ ਮੈਂ AI ਏਜੰਸੀ ਦਾ ਟੈਲੀਜੈਂਸੀ ਬਣ ਕੇ ਵਿਖਾਉਣਾ ਤੁਹਾਨੂੰ ਮੇਰੇ ਢਿੱਡ 'ਚ ਪੀੜ ਕਰ ਛੜੀ ਹੁਣ ਮੈਨੂੰ ਭੁੱਖ ਲੱਗ ਗਈ ਮੈਨੂੰ ਜਾਣ ਦਿਓ ਦੁਨੀਆ 'ਚ ਆ ਕੇ ਮੈਨੂੰ ਆਪਣੀ ਪੇਟ ਪੂਜਾ ਦੀ ਪੈ ਗਈ ਹੈ ਹੁਣ ਮੈਂ ਚੱਲਾਂ ਸ਼ਾਪਿੰਗ 'ਤੇ ਅਤੇ ਖਾਣ 'ਤੇ KFC ਛੇਤੀ ਛੇਤੀ ਦੱਸੋ ਇੱਥੇ ਕੀ ਪਤਾ ਮਿਲਦਾ KFC HFC ਕੀ ਹੈ